ਕਿਸਾਨ ਦੋਸਤੋ ਰਬੀ ਦੀ ਜਿਹੜੀ ਫਸਲਾਂ ਹੈਗੀਆਂ ਉਹਨਾਂ ਦੀ ਬਿਜਾਈ ਦਾ ਸਮਾਂ ਆ ਗਿਆ ਤੇ ਇਸੇ ਸਮੇਂ ਨਾਲ ਦੀ ਨਾਲ ਕੇਂਦਰ ਸਰਕਾਰ ਵੱਲੋਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਜਾਰੀ ਕੀਤਾ ਗਿਆ ਹੈ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਕੁਝ ਵਾਅਦਾ ਕੀਤਾ ਗਿਆ ਉਹ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਕਿੰਨਾ ਕਿੰਨਾ ਵਾਅਦਾ ਕੀਤਾ ਗਿਆ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਖਾਵਾ ਫਤਿਹ ਸਿੰਘ ਪੋਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਭਾਵੇਂ ਕਿ ਐਮਐਸਪੀ ਦੇ ਪ੍ਰਤੀ ਸਾਡੇ ਵਿੱਚ ਹਮੇਸ਼ਾ ਸ਼ਿਕਵਾ ਰਹਿੰਦਾ ਹੈ ਕਿ ਬਹੁਤ ਸਾਰੀਆਂ ਫਸਲਾਂ ਦੇ ਉੱਪਰ ਸਰਕਾਰ ਐਮਐਸਪੀ ਦਿੰਦੀ ਹੈ ਲੇਕਿਨ ਉਹਨਾਂ ਖਰੀਦ ਐਮਐਸਪੀ ਤੇ ਨਹੀਂ ਹੁੰਦੀ। ਪ੍ਰੰਤੂ ਫਿਰ ਵੀ ਸਾਡੀ ਪ੍ਰਮੁੱਖ ਫਸਲ ਜਿਹੜੀ ਕਣਕ ਹੈਗੀ ਹੈ ਇਹ ਐਮਐਸਪੀ ਤੇ ਵਿਕਦੀ ਹੈ ਤੇ ਪੰਜਾਬ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਜਿਹੜਾ ਹੈਗਾ ਜਾ ਕਿ ਲੋਕਿ ਆਲਮੋਸਟ ਪੰਜਾਬ ਦੇ ਵਿੱਚ ਰਹਿ ਕੇ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਆਪਾਂ ਜੇ ਕਣਕ ਦੀ ਗੱਲ ਕਰੀਏ ਤਾਂ ਕਣਕ ਦੇ ਰੇਟ ਦੇ ਵਿੱਚ ਇਹਨਾਂ ਨੇ 110 ਰੁਪਏ ਦਾ ਵਾਅਦਾ ਕੀਤਾ ਹੈ। 110 ਰੁਪਏ ਦਾ ਵਾਅਦਾ ਕੀਤਾ ਜਿਹਦੇ ਨਾਲ ਹੁਣ ਨਵਾਂ ਰੇਟ ਹੋ ਗਿਆ 2125 ਰੁਪਏ। ਪਿਛਲਾ ਰੇਟ 2015 ਰੁਪਏ ਸੀਗਾ ਹੁਣ ਕਣਕ ਜਿਹੜੀ ਹੈ 2125 ਰੁਪਏ ਵਿਕੇਗੀ ਕਈ ਕਿਸਾਨ ਵੀਰ ਕਹਿਣਗੇ ਕਿ ਇਹ ਤਾਂ ਯਾਰ ਇਹਨਾਂ ਨੇ 23 24 ਲਿਖਿਆ ਹੈ ਕਿ ਇੱਥੇ ਇਹਨਾਂ ਨੇ 23 24 ਲਿਖਿਆ ਹੈ 23 24 ਦਾ ਮਤਲਬ ਹੈਗਾ ਕਿ ਤੁਸੀਂ ਇਹਨੂੰ 2000 23 ਦੇ ਵਿੱਚ ਵੇਚੋਗੇ ਜਦੋਂ ਇਹ ਵੇਚੋਗੇ ਉਦੋਂ ਅਪ੍ਰੈਲ ਮਈ 2023 ਦਾ ਹੋਊਗਾ ਤਾਂ ਫਿਰ ਫਾਈਨੈਂਸ਼ੀਅਲ ਇਅਰ 23 24 ਆ ਜਾਏਗਾ ਠੀਕ ਹੈ ਕਲੀਅਰ ਤਾਂ ਕਣਕ ਦਾ ਰੇਟ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ 110 ਰੁਪਏ ਦਾ ਨਵਾਂ ਕਣਕ ਦਾ ਰੇਟ ਹੋ ਗਿਆ 2125 ਰੁਪਏ ਜੋਵਾਂ ਦੇ ਵਿੱਚ 100 ਰੁਪਏ ਦਾ ਵਾਧਾ ਕੀਤਾ ਪਹਿਲਾਂ ਜੋਵਾਂ ਦਾ ਜਿਹੜਾ ਰੇਟ ਸੀਗਾ ਉਹ ਸੀਗਾ ਤੁਹਾਡਾ 1635 ਰੁਪਏ ਹੁਣ ਜੋਵਾਂ ਦਾ ਰੇਟ ਵਧ ਕੇ ਜਿਹੜਾ ਹੈਗਾ 1735 ਰੁਪਏ ਪ੍ਰਤੀ ਕੁਇੰਟਲ ਹੋ ਚੁੱਕਾ ਹੈ ਇਸੇ ਤਰੀਕੇ ਦੇ ਨਾਲ ਦੋਸਤੋ ਛੋਲੇ ਹੈ ਛੋਲਿਆਂ ਦੇ ਰੇਟ ਦੇ ਵਿੱਚ 105 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਇਸ ਸਮੇਂ ਜਿਹੜਾ ਛੋਲਿਆਂ ਦਾ ਨਵਾਂ ਰੇਟ ਹੈਗਾ ਉਹ 5335 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਦੋਸਤੋ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ ਮਸਰ ਦੇ ਵਿੱਚ ਕਿਉਂਕਿ ਦਾਲਾਂ ਦੀ ਭਾਰਤ ਦੇ ਵਿੱਚ ਸ਼ਾਰਟੇਜ ਹੈ ਤੇ ਦਾਲਾਂ ਦੇ ਵਿੱਚ ਕਾਫੀ ਤੇਜ਼ੀ ਨਾਲ ਵਾਧਾ ਕੀਤਾ ਗਿਆ ਐਕਤਰੀ ਨਹੀਂ ਕਈ ਸਾਲਾਂ ਤੋਂ ਲਗਾਤਾਰ ਦਾਲਾਂ ਦੇ ਵਿੱਚ ਵਾਧਾ ਹੋ ਰਿਹਾ ਹੈ 500 ਰੁਪਏ ਪ੍ਰਤੀ ਕੁੰਟਲ 5500 ਤੋਂ ਵਧਾ ਕੇ 6000 ਰੁਪਏ ਇਹਨੂੰ ਕਰ ਦਿੱਤਾ ਗਿਆ ਇਹ ਦਾਲਾਂ ਦਾ ਜਿਹੜਾ ਹੈਗਾ ਨਵਾਂ ਰੇਟ ਹੈ 6000 ਰੁਪਏ ਕਿਹੜੀ ਦਾਲ ਦਾ ਮਸਰਾਂ ਦਾ ਰੇਟ ਹੈ ਜਿਹੜੀ ਤੁਹਾਡੀ ਰੈਪ ਸੀਟ ਤੇ ਮਸਟਰਡ ਹੈ ਸਰੋਂ ਠੀਕ ਹੈ ਇਹਦੇ ਵਿੱਚ 400 ਰੁਪਏ ਦਾ ਵਾਧਾ ਕੀਤਾ ਗਿਆ ਹੈ ਪ੍ਰਤੀ ਕੁੰਟਲ 5000 ਤੇ 50 ਰੁਪਏ ਪਿਛਲੇ ਸਾਲ ਰੇਟ ਸੀਗਾ ਇੱਕ ਤਰੀ ਵਧਾ ਕੇ 5450 ਰੁਪਏ ਕਰ ਦਿੱਤਾ ਗਿਆ ਹੈ ਇਸੇ ਤਿਕਾ ਨ ਸੈਫ ਫਲਾਵਰ ਇਹਦੇ ਚ 209 ਰੁਪਏ ਦਾ ਵਾਧਾ ਕੀਤਾ ਗਿਆ ਪਹਿਲਾ ਰੇਟ ਸੀਗਾ 5441 ਨਵਾਂ ਰੇਟ ਹੋ ਗਿਆ 5650 5650 ਰੁਪਏ ਤਾਂ ਇਹ ਖਬਰ ਸੀ ਕਿ ਅੱਜ ਭਾਰਤ ਸਰਕਾਰ ਨੇ ਜਿਹੜਾ ਹੈਗਾ ਮਤਲਬ ਕਿ ਅੱਜ ਦਾ ਮਤਲਬ ਇਹ ਹੋ ਗਿਆ ਕਿ 18 ਅਕਤੂਬਰ 2022 ਨੂੰ ਜਿਹੜੀਆਂ ਹਾੜੀ ਦੀਆਂ ਫਸਲਾਂ ਇਹਨਾਂ ਦੇ ਰੇਟ ਨਿਰਧਾਰਿਤ ਕਰ ਦਿੱਤੇ ਹੈਗਾ ਕਣਕ ਦੇ ਵਿੱਚ ਇਹਨਾਂ ਨੇ 110 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈਗਾ ਇਹ ਮਸਰਾਂ ਦੇ ਵਿੱਚ 500 ਰੁਪਏ ਪ੍ਰਤੀ ਕੁਇੰਟਲ ਸਰੋਂ ਤੇ ਰੈਪ ਸੀਡ ਦੇ ਵਿੱਚ 400 ਰੁਪਏ ਪ੍ਰਤੀ ਕੁਇੰਟਲ ਸੈਫ ਫਲਾਵਰ ਦੇ ਵਿੱਚ 209 ਰੁਪਏ ਤੇ ਛੋਲਿਆਂ ਦੇ ਵਿੱਚ 105 ਰੁਪਏ ਜਿਉਆਂ ਦੇ ਵਿੱਚ 100 ਰੁਪਿਆ ਤੇ ਕਣਕ ਦੇ ਵਿੱਚ 110 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ ਠੀਕ ਹੈ ਕਿ ਇਹ ਜਿਹੜਾ ਵਾਅਦਾ ਹੈਗਾ ਸਰਕਾਰ ਵੱਲੋਂ ਦਿਖਾਇਆ ਗਿਆ ਕਿ ਅਸੀਂ ਕਾਫੀ ਵੱਡੀ ਵੱਡਾ ਵਾਅਦਾ ਕੀਤਾ ਹੈ ਤੇ ਪਰੰਤੂ ਜਿਸ ਹਿਸਾਬ ਦੇ ਨਾਲ ਮਹਿੰਗਾਈ ਵਧ ਰਹੀ ਹੈ ਜਿਸ ਹਿਸਾਬ ਦੇ ਨਾਲ ਲੇਬਰ ਦੇ ਖਰਚੇ ਵਧ ਰਹੇ ਹੈ ਜਿਸ ਹਿਸਾਬ ਦੇ ਨਾਲ ਕਿਸਾਨਾਂ ਦੇ ਖਰਚੇ ਵਧ ਰਹੇ ਹੈ ਉਸ ਹਿਸਾਬ ਦੇ ਨਾਲ ਇਹ ਵਾਅਦਾ ਨਿਗੂਣਾ ਹੈ ਸਰਕਾਰ ਨੂੰ ਇਹ ਹੀ ਡਿਮਾਂਡ ਹੈ ਕਿ ਭਾਈ ਜਿਸ ਸਥਿਤੀ 'ਚ ਇਹਨਾਂ ਮਹਿੰਗਾਈ ਦਰ ਵਧੀ ਹੈ ਉਸ ਹਿਸਾਬ ਦੇ ਨਾਲ ਫਸਲਾਂ ਦਾ ਐਮਐਸਪੀ ਵਧਾਇਆ ਜਾਵੇ ਤੇ ਆਕੇ ਕਿਸਾਨੀ ਜਿਹੜੀ ਹੈਗੀ ਆ ਉਹ ਘਾਟ ਰਸੋਦਾ ਨਾ ਰਵੇ ਉਹ ਇੱਕ ਮੁਨਾਫੇ ਦਾ ਸੌਦਾ ਹੋ ਜਾਵੇ ਤਾਂ ਐ ਸਮੇਂ ਦੋਸਤੋ ਇਹ ਸੂਚਨਾ ਹੈ ਕਿ ਜੋ ਐ ਸਮੇਂ ਨਾਲ ਰੇਟ ਵਧਾਇਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ ਮਿਹਰਬਾਨੀ ਦੋਸਤੋ